ਅਸਲਾਮੁਅਲੈਕੁਮ ਪੰਜਾਬੀ ਦੇ ਦੂਜੇ ਲੈਕਚਰ ਤੁਹਾਨੂੰ ਮੈਂ ਖੁਸ਼ਾਮਦੀਦ ਕਹਿਣਾ ਵਾ ਤੇ ਅੱਜ ਦੇ ਦਿਨ ਆਪਾਂ ਸ਼ਾਹ ਹੁਸੈਨ ਨੂੰ ਪੜਾਂਗੇ ਸਭ ਤੋਂ ਪਹਿਲੇ ਸ਼ਾਹ ਹੁਸੈਨ ਦਾ ਤਾਰਫ ਜਾਂ ਸ਼ਾਹ ਹੁਸੈਨ ਦੀ ਜ਼ਿੰਦਗੀ ਤੇ ਜਹਾਤ ਜਿੱਦਾਂ ਆਪਾਂ ਪਹਿਲੇ ਲੈਕਚਰ ਚ ਹੈਂਡਿੰਗ ਦਿੱਤੀ ਸੀ ਦੋਵੇਂ ਠੀਕ ਨੇ ਤੇ ਸ਼ਾਹ ਹੁਸੈਨ ਦੂਜੇ ਵੱਡੇ ਸ਼ਾਇਰ ਨੇ ਪੰਜਾਬੀ ਜ਼ੁਬਾਨ ਦੇ ਚ ਤੇ ਉਹਨਾਂ ਦਾ ਅਸਲ ਨਾਮ ਹੁਸੈਨ ਸੀ ਤੇ ਵਾਰਦਾ ਨਾਮ ਉਸਮਾਨ ਸੀ ਆਪ ਬਾਦਸ਼ਾਹ ਅਕਬਰ ਦੇ ਜ਼ਮਾਨੇ ਚ ਪੈਦਾ ਹੋਏ ਸੀ ਤੇ ਮੁਢਲੀ تعلیم ਜਿਹੜੀ ਇbtedਾਈ تعلیم ਜਿਹਨੂੰ ਕਹਿੰਦੇ ਨੇ ਉਹ ਲੋਹਰ ਦੀ ਮਸਜਿਦ ਦੇ ਮੌਲਵੀ ਅਬੂ ਬਕਰ ਕੋਲੋਂ ਹਾਸਲ ਕੀਤੀ ਤੇ ਇਸ ਤੋਂ ਬਾਅਦ ਹਜ਼ਰਤੇ ਬਹਿਲੂਲ ਦਰੀਆਦੀ ਆਪਨੇ ਬੈਤ ਕਰਕੇ ਸੂਫੀਆ کرام ਦੇ ਮਸ਼ਹੂਰ سلسلہ ਕਾਦਰੀਆ ਵਿੱਚ ਸ਼ਾਮਲ ਹੋ ਗਏ ਤੇ ਰਾਵੇ ਵਿੱਚ ਆਪ ਇਬਾਦਤ ਕਰਦੇ ਸਨ ਤੇ ਉੱਥੇ ਹਜ਼ਰਤ ਖਿਜ਼ਰ ਕੋਲੋਂ ਆਪਨੇ ਰਹਾਣੀ ਫੈਜ਼ ਵੀ ਹਾਸਲ ਕੀਤਾ ਤੇ ਕਾਫੀਆਂ ਸ਼ਾਹ ਹੁਸੈਨ ਦਾ ਮਲਾਮਤੀ ਰੰਗ ਤੇ ਅਲਾਮਤੀ ਨਿਜ਼ਾਮ ਬੜਾ ਹੀ ਮਸ਼ਹੂਰ ਹੈ ਐ ਕੀ ਇਹ ਜੇ ਤੁਹਾਂ ਆ ਕੇ ਫਿਕਰੀ ਜ਼ਿਆਦਾ ਪੜਾਂਗੇ ਨਾ ਤਾਂ ਤੁਹਾਨੂੰ ਮੈਂ ਉਹ ਐਕਸਪਲੇਨ ਕਰਾਂਗਾ ਇਸ ਤੋਂ ਬਾਅਦ ਕਾਫੀਆਂ ਦੀ ਅਗਰ ਗੱਲ ਕੀਤੀ ਜਾਵੇ ਤੇ ਕਾਫੀਆਂ ਕਿੰਦ ਕਿੰਦੇ ਨੇ ਕਾਫੀਆਂ ਜਮਾਏਗੀ ਕਾਫੀ ਦੀ ਇਸ ਤੋਂ ਮਰਾਦ ਹੁੰਦਾ ਵੇ ਮੁਕੰਮਲ ਹੋਣਾ ਜਾਂ ਬਤੇਰਾ ਹੋਣਾ ਠੀਕ ਹੈ ਤੇ ਪੰਜਾਬੀ ਅਦੇ ਵਿੱਚ ਅਸੀਂ ਉਸ ਕਲਾਮ ਨੂੰ ਕਹਿੰਦੇ ਆ ਜਿਹੜਾ ਹਰ ਹਵਾਲੇ ਦੇ ਨਾਲ ਮੁਕੰਮਲ ਹੋਵੇ ਕਲਾਮ ਇਸ ਤੋਂ ਇਲਾਵਾ ਕਾਫੀਆਂ ਅਸੀਂ ਉਹਨੂੰ ਵੀ ਕਹਿੰਦੇ ਜਿਹੜਾ ਅਸੀਂ ਕਿਸੇ ਮusiqi ਦੇ ਨਾਲ ਜਾਂ ਕਿਸੇ ਸਾਜ਼ ਦੇ ਨਾਲ ਪੜਿਆ ਜਾ ਸਕਦੀਆਂ ਹੋਣ ਤੇ ਤੁਸੀਂ ਇਹਦੇ ਵਿੱਚ ਇੱਕ ਹੈਡਿੰਗ ਇਹ ਵੀ ਦੇ ਸਕਦੇ ਹੋ ਮਤਲਬ ਇੱਕ ਹਵਾਲਾ ਵੀ ਦੇ ਸਕਦੇ ਹੋ ਸੂਰਤ ਨਿਸਾਹ ਦੀ ਆਇਤ ਨੰਬਰ 79 ਜਿnde ਵਿੱਚ ਅੱਲਾਹ ਪਾਕ ਫਰਮਾਉਂਦੇ ਨੇ ਵਕਫਾ ਬਿੱਲ੍ਲਾਹ ਸ਼ਹੀਦ ਔਰ ਤੁਹਾਡੇ ਲਈ ਅੱਲਾਹ ਕਾਫੀ ਹੈ ਠੀਕ ਹੈ ਤੇ ਕਿਉਂਕਿ ਸ਼ਾਹ ਹੁਸੈਨ ਰਾਣੇ ਨੇ ਕਹਿੰਦੇ ਨੇ ਇਸकी حقیقی ਦੀ ਸ਼ਾਇਰੀ ਕੀਤੀ ਹੈ ਜੇ ਤੁਸੀਂ ਇਹਨੂੰ ਹਵਾਲੇ ਦੇ ਤੌਰ ਤੇ ਮੈਂਸ਼ਨ ਕਰ ਸਕਦੇ ਹੋ ਐਵੇਂ ਲਿਖਿਆ ਵੀ ਹੋਇਆ ਹੈ ਸੂਰਤ ਨਿਸਾਹ ਦੀ ਆਇਤ ਨੰਬਰ 79 ਇਸ ਵਾਰ ਆਪਾਂ ਕਹਾਂ ਕਾਫੀਆਂ ਸ਼ਾਹ ਹੁਸੈਨ ਦਾ ਫਿਕਰੀ ਜਾਇਜ਼ਾ ਫਿਕਰੀ ਜਾਇਜ਼ਾ ਜਾਂ ਵੈਰਵਾ ਦੋਵੇਂ ਹੈਡਿੰਗਾਂ ਤੁਸੀਂ ਲਿਖ ਸਕਦੇ ਹੋ ਤੇ ਵੈਰਵਾ ਆਪਾਂ ਇਸ ਤਰ੍ਹਾਂ ਲਿਖਾਂਗੇ ਕੁਝ ਠੀਕ ਆ ਤੇ ਆਪਾਂ ਸਭ ਤੋਂ ਪਹਿਲੇ ਜਿਹੜੀ ਹੈਡਿੰਗ ਦਵਾਂਗੇ ਨਾ ਉਹ ਹੋਏਗੀ ਸ਼ਾਹ ਹੁਸੈਨ ਦਾ ਮਲਾਮਤੀ ਰੰਗ ਅੱਛਾ ਮਲਾਮਤੀ ਰੰਗ ਕੀ ਨੂੰ ਕਹਿੰਦੇ ਨੇ ਕਿ ਸੂਫੀ ਬਜ਼ੁਰਗ ਲੋਕ ਜਿਹੜੇ ਆਪਣੀ ਸ਼ਾਇਰੀ ਵਿੱਚ ਨਾ ਜ਼ਾਹਿਰੀ ਰਿਆਕਾਰੀ ਤੇ ਕਾਵਦੀ ਮੁਜ਼ਮਮਤ ਕਰਦੇ ਸਨ ਤੇ ਜਿਹੜਾ ਉਹਨਾਂ ਦਾ ਇਹ ਅੰਦਾਜ਼ ਸੀ ਨਾ ਉਹ ਉਹਨਾਂ ਨੂੰ ਦੁਨੀਆ ਕੋਲੋਂ ਦੂਰ ਲੈ ਜਾਂਦਾ ਸੀ ਤੇ ਖੁਦਾ ਦੇ ਬਿਲਕੁਲ ਨੇੜੇ ਕਰ ਦਿੰਦਾ ਸੀ ਤੇ ਸ਼ਾਹ ਹਸੈਨ ਰਾ ਨੇ ਵੀ ਇਹ ਅੰਦਾਜ਼ ਅਪਣਾਇਆ ਵੇ ਤੇ ਕੁਸ਼ਤਨ ਕੀ ਨਗਾਰਾ ਦੇ ਬਕੋਲ ਉਹਨਾਂ ਨੇ ਜਿਹੜਾ ਇਹ ਆਪਣਾ ਅੰਦਾਜ਼ ਸੀ ਨਾ ਇਹ ਬਾਦਸ਼ਾਹ ਅਕਬਰ ਦੀਨ ਇਲਾਹੀ ਦੇ ਖਿਲਾਫ ਅਪਣਾਇਆ ਸੀ ਤੇ ਤੁਸੀਂ ਇੰਦੇ ਸਿਰਫ ਇਨਾ ਕੋ ਮੈਂਸ਼ਨ ਕਰਨਾ ਵੇ ਠੀਕ ਹੈ ਤੇ ਦੂਜੇ ਪਾ ਹੈਡਿੰਗ ਦਵਾਂਗੇ ਸ਼ਾਹ ਹੁਸੈਨ ਦਾ ਅਲਾਮਤੀ ਨਿਜ਼ਾਮ ਅਲਾਮਤੀ ਨਿਜ਼ਾਮ ਤੋਂ ਮਰਾਦ ਕਿ ਜਿਹੜੇ ਸੂਫੀ ਉਜ਼ੁਰਗ ਲੋਕ ਹੁੰਦੇ ਨੇ ਨਾ ਆਪਣੀ ਸ਼ਾਇਰੀ ਇਚਨਾ ਗੈਰ ਮੁਜ਼ਬਲ ਫਾਜ਼ੇ ਸਮਾਨ ਨਹੀਂ ਕਰਦੇ ਉਹ ਇਸ਼ਾਰਿਆਂ ਚ ਗੱਲਾਂ ਕਰਦੇ ਨੇ ਤੇ ਸ਼ਾਹ ਹੁਸੈਨ ਨਾ ਦੇ ਵਿੱਚ ਇਸ਼ਾਰਿਆਂ ਚ ਗੱਲਾਂ ਕੀਤੀਆਂ ਨੇ ਤੇ ਸ਼ਾਹ ਹੁਸੈਨ ਨੇ ਘਰੇਲੂ ਇਸਤਿਹਾਰੇ ਵਰਤੇ ਨੇ ਗੱਲ ਨੂੰ ਸਮਝਾਉਣ ਵਾਸਤੇ ਜਿਹੜਾ ਹਰ ਕਿਸੇ ਦੀ ਅਕਲ ਵਿੱਚ ਸਾਨੀ ਨਾਲ ਸਮਝ ਆ ਜਾਂਦਾ ਹੈ ਮਿਸਾਲ ਦੇ ਤੌਰ ਤੇ ਉਹਨਾਂ ਨੇ ਪੰਜ ਪੋਨੀਆਂ ਦਾ ਇਸਤੇਮਾਰ ਪੰਜ ਨਮਾਜ਼ਾਂ ਲਈ ਵਰਤਿਆ ਜਿਹੜਾ ਚਰਖੇ ਦਾ ਇਸਤੇਮਾਰ ਆ ਇਨਸਾਨੀ ਜਿਸਮ ਵਾਸਤੇ ਦਾਜ ਦਾ ਇਸਤੇਮਾਰ ਇਨਸਾਨੀ ਅਮਲਾਂ ਵਾਸਤੇ ਤੇ ਸਾਸ ਦਾ ਇਸਤੇਮਾਰ ਆਖਰ ਦੇ ਵਿੱਚ ਹਿਸਾਬ ਕਿਤਾਬ ਕਰਨ ਵਾਲੇ ਫਰਿਸ਼ਤਿਆਂ ਵਾਸਤੇ ਵਰਤਿਆ ਉਹਨਾਂ ਨੇ ਤੁਹਾਨੂੰ ਪਤਾ ਹੈ ਨਾ ਕਿ ਜਿਹੜੀ ਸਾਸ ਹੁੰਦੀ ਏ ਉਹ ਆਪਣੀ ਨੋਕੋਂ ਹਰ ਚੀਜ਼ ਦਾ ਹਿਸਾਬ ਲੈਂਦੀ ਏ ਤੇ ਉਹਨਾਂ ਨੇ ਕਿੰਨੀ ਖੂਬਸੂਰਤੀ ਦੇ ਨਾਲ ਇਹ ਇਸਤੇਮਾਰੇ ਵਰਤੇ ਨੇ जड़ा पढ़न वाला बड़ी आसानी ना गल समझ आए इस तो बाद आप अगली हैडिंग दवागे फलसफा वजत उल वजूद का दर्श इन सूरब बकरा तो अपना हवाला भी दे सकते हैं आयत नंबर टू एटी फोर का अल्लाहु माफिस समा वाति व माफिल अर्ध व अन तब दु व माफी अनफु कुम अव तख यु हासिब आसमान और जमीन में जो कुछ है सब अल्लाह का है ਔਰ ਤੂੰ ਆਪਣੇ ਦਿਲ ਦੀਆਂ ਬਾਤਾਂ ਚਾਹੇ ਜ਼ਾਹਿਰ ਕਰੋ ਜਾਂ ਚਾਹੇ ਪੁਸ਼ੀਦਾ ਕਰੋ ਬਹਾਰਾਲ ਅੱਲਾ ਇਨਕਾ ਹਿਸਾਬ ਤੁਮਸੇ ਲੇਗਾ ਤੁਸੀਂ ਇਹਨੂੰ ਪੰਜਾਬੀ ਵਿੱਚ ਕਹਿੰਦੇਨ ਕਰਕੇ ਲਿਖ ਦੋ ਤੇ ਬੜਾ ਵਧੀਆ ਤੇ ਚੰਗਾ ਹੋਈਏਗਾ ਤਾਂ ਕਿ ਉਹ ਜਾਣੇਗਾ ਐਗਜ਼ਾਮੀਨਰ ਕਿ ਤੁਸੀਂ ਪੰਜਾਬੀ ਤੋਂ ਬਖੂਬੀ ਵਾਕਿਫ ਹੋ ਗਏ ਹੋ ਤੇ ਆਪਾਂ ਸ਼ਾਹ ਹਸੈਨ ਰਾਂ ਦਾ ਇੱਕ ਸ਼ੇਰ ਲਿਖਾਂਗੇ ਇਹਦੇ ਵਿੱਚ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਬਾਹਰ ਤੂੰ ਰੋਮ ਰੋਮ ਵਿੱਚ ਤੂੰ तू है ताना तू है बाना सब कुछ मेरा तू कहे हुसैन फकीर साइंदा मैं नहीं सब तू हम तहूँ मैं फूम समझाना वा कि आखिने ने कि रबा तू ही मेरे हाल का महरम है महरम कहें ने ने किसी चीज़ को जानने वाला राजदार जिन्हों हर चीज़ का पता हो अंदर तू रोम रोम तू रोम रोम कहें सा जिसम का एक एक अंग ਤੂੰ ਹੈ ਤਾਨਾ ਤਾਨਾ ਕਹਿੰਦੇ ਨੇ ਹਰੀਜ਼ਨਟਲ ਲਾਈਨ ਨੂੰ ਠੀਕ ਹੈ ਨਾ ਮਤਲਬ ਜਿਹੜੀ ਇਹ ਲਾਈਨ ਹੈ ਨਾ ਹਰੀਜ਼ਨਟਲ ਐਸ ਕੁਝ ਇੰਜ ਕਰਕੇ ਇਹ ਤੇ ਤੂੰ ਹੈ ਬਾਨਾ ਬਾਨਾ ਕਹਿੰਦੇ ਨੇ ਵਰਟੀਕਲ ਲਾਈਨ ਇਸ ਤਰ੍ਹਾਂ ਕਰਕੇ ਤੇ ਇਸ ਤੋਂ ਮਰਾਦ ਹੈ ਕਿ ਅੱਲਾਹ ਪਾਕ ਤੂੰ ਹਰ ਜਗ੍ਹਾ ਮੌਜੂਦ ਹੈ ਤੇਰੀ ਜ਼ਾਤ ਹਰ ਜਗ੍ਹਾ ਤੇਗੀ ਕਾਇਨਾਤ ਦੇ ਚ ਹਰ ਜਗ੍ਹਾ ਹੈਗੀ ਹੈ ਸਭ ਕੁਝ ਹੀ ਮੇਰਾ ਤੂੰ ਹੈ ਗੈਂ ਕਹੇ ਹੁਸੈਨ ਫਕੀਰ ਸਾਈ ਦਾ ਮੈਂ ਨਹੀਂ ਸਭ ਤੂੰ ਇਸ ਤੋਂ ਬਾਅਦ ਆਪਾਂ ਅਗਲੀ ਹੈਡਿੰਗ ਦਵਾਂਗੇ ਕਾਮਿਲ ਮੁਰਸ਼ਿਦ ਦੀ ਲੋੜ ਕਾਮਿਲ ਮੁਰਸ਼ਿਦ ਦੀ ਲੋੜ ਚ ਆਪਾਂ ਇੱਕ ਸ਼ੇਅਰ ਲਿਖਾਂਗੇ ਕਹੇ ਹੁਸੈਨ ਫਕੀਰ ਸਾਇੰਦਾਂ ਗੁਰੂ ਤੋਂ ਬਲਬਲ ਜਾਈਂ ਬਲਬਲ ਦਾ ਮਤਲਬ ਹੁੰਦਾ ਤੇਜ਼ੀ ਤੇਜ਼ ਤੇਜ਼ੀ ਦੇ ਨਾਲ ਮਤਲਬ ਕਿ ਗੁਰੂ ਦੀ ਹਰ ਗੱਲ ਮੰਨਨੀ ਹੈ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਇੱਕ ਦੋ ਲਾਈਨਾਂ ਲਿਖਾਂਗੇ ਕਿ ਸ਼ਾਹ ਹੁਸੈਨ ਰਾ ਨੇ ਦੂਜੇ ਸੂਫੀ ਸ਼ਾਇਰਾਂ ਦੀ ਤਰ੍ਹਾਂ ਕਾਮਿਲ ਮੁਰਸ਼ਿਦ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਉਸ ਤੋਂ ਬਾਅਦ ਆਪਾਂ ਇਹ ਸ਼ੇਅਰ ਲਿਖ ਦਵਾਂਗੇ ते एस तो इस तु बाद अगली हैडिंग देवे गरूरत तकबर की मजम्मत इन्हें लिखा कि शाह हुसैन ने भी गरूरतकब्बर की मजम्मत की है तो इस तो बारे कहते ने छोट तकबर तो पकड़ हलीमी को कहें दनाई छोट तकब्बर तो पकड़ हलीमी को कहें दनाई कहें हुसैन फकीर नहीं माना हरदम साईं साई नहीं मानने का मतलब होंगे आजिज़ बंदा फ़कीर बंदा ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਅਗਲੀ ਹੈਡਿੰਗ ਦਵਾਂਗੇ ਬੇਅਮਲ ਬਾਦਸ਼ਾਹ ਦੀ ਨੰਦਿਆ ਕਰਨਾ ਕਿਉਂਕਿ ਆਪਾਂ ਪੜਿਆ ਹੁਨੇ ਕਿ ਬਾਦਸ਼ਾਹ ਅਕਬਰ ਦਿਨ ਦੇ ਲਾਗੇ ਦੇ ਖਿਲਾਫ ਉਹਨਾਂ ਨੇ ਜਿਹਹਾਦ ਦਾ ਕੰਮ ਕੀਤਾ ਸੀ ਮਤਲਬ ਕਿ ਅਕਬਰ ਨੇ ਜਿਹੜੇ ਤਮਾਮ ਉਸ ਵਕਤ ਦੇ ਦੇਨ ਹੈਗੇ ਸੀ ਮਜ਼ਹਬ ਹੈਗੇ ਸੀ ਉਹਨਾਂ ਨੇ ਸਾਰੇ ਚੀਜ਼ਾਂ ਇਕੱਠੀਆਂ ਕਰਕੇ ਨੇ ਚੰਗੀਆਂ-ਚੰਗੀਆਂ ਤੇ ਆਪਣਾ ਇੱਕ دین ਬਣਾਇਆ ਸੀ ਤੁਹਾਨੂੰ ਪਤਾ ਹੈ ਕਿ ਉਹ ਬੀਰਬਲ ਹੈਗਾ ਸੀ ਉਹਨੇ ਸਭ ਤੋਂ ਪਹਿਲੇ ਉਹਨੇ ਦੀਨ ਨੂੰ ਬਾਦਸ਼ਾਹ ਅਕਬਰ ਦੀਨ ਨੂੰ ਕਹਿੰਦੇ ਨੇ ਫੋਲੋ ਕੀਤਾ ਸੀ ਤੇ ਇਹਦੇ ਬਾਰੇ ਵਿੱਚ ਬੜੀ ਉਹਨੇ ਚੰਗੀ ਗੱਲ ਕੀਤੀ ਹੈ ਜਿਹਦੇ ਚੋਂ ਕਹਿੰਦੇ ਨੇ ਕਿੰਦੇ ਘੋੜੇ ਹਸਤੀ ਮੰਦਰ ਕਿੰਦਾ ਏ ਧਨਮਾਲ ਕਿੰਦੇ ਘੋੜੇ ਹਸਤੀ ਮੰਦਰ ਕਿੰਦਾ ਏ ਧਨਮਾਲ ਕਹਾਂ ਗਏ ਮੁੱਲਾ ਕਹਾਂ ਗਏ ਕਾਜ਼ੀ ਕਹਾਂ ਗਏ ਕਟਕ ਹਜ਼ਾਰ ਉਹ ਕਹਿੰਦੇ ਨੇ ਕਿ ਦੁਨੀਆ ਜੇ ਤੜਾ ਕੁਛ ਵੀ ਆਪਣਾ ਨਹੀਂ ਹੈਗਾ ਸਭ ਕੁਛ ਖੁਦਾ ਦਾ ਹੈਗਾ ਵੇ ਤੁਸੀਂ ਕਹਿੰਦੇ ਹੋ ਕਿ ਸਾਡਾ ਆਪਣਾ ਮਾਲ ਹੈਗਾ ਵੇ ਸਾਡੇ ਆਪਣੇ ਮਤਲਬ ਕਿ ਇਹ ਹਸਤੀ ਮੰਦਰ ਆਪ ਸਾਡੇ ਆਪਣੀ ਚੀਜ਼ਾਂ ਆਈਆਂ ਨੇ ਕਿਉਂਕਿ ਅੱਲਾਹ ਕੁਰਾਨ ਪਵਿੱਤਰ ਵਿੱਚ ਫਰਮਾਂਦਾ ਵੇ ਕਿ ਤੁਹਾਡੀ ਮਾਲ ਤੇ ਤੁਹਾਡੀ ਔਲਾਦ ਸਭ ਚੀਜ਼ਾਂ ਅਜ਼ਮਾਇਸ਼ ਹੈਗੀਆਂ ਨੇ ਤੇ ਉਹ ਕਹਿੰਦੇ ਨੇ ਕਿ ਜਦੋਂ ਬਾਦਸ਼ਾਹ ਅਕਬਰ ਨੇ ਆਪਣਾ دین ਕੱਢਿਆ ਉਸ ਟਾਈਮ ਕਿੱਥੇ ਗਏ ਉਹ ਮੁੱਲਾ ਜਿਹੜੇ ਕਹਿੰਦੇ ਸੀ ਕਿ ਇਸਲਾਮ ਐਂਜੇਗਾ ਵੇ ਐਂਜੇਗਾ ਵੇ ਕਿੱਥੇ ਗਏ ਕਾਜ਼ੀ ਫੈਸਲਾ ਕਰਨ ਵਾਲੇ ਕਿੱਥੇ ਗਏ ਕਟਕ ਹਜ਼ਾਰ ਕਟਕ ਹਜ਼ਾਰ ਜਿਹੜੇ ਕਹਿੰਦੇ ਨੇ ਜਿਹੜੇ ਉਹ ਮਤਲਬ ਕਿ ਪੈਸੇ ਵਸੂਲ ਕਰਦੇ ਸੀ ਉਸ ਵੇਲੇ ਦੇ ਰੋਕ ਮਤਲਬ ਕਿ ਜਦੋਂ ਅਕਬਰ ਨੇ ਦਿਨ ਇਲਾਹੀ ਕੱਢਿਆ ਉਸ ਵੇਲੇ ਤਾਂ ਕਿਸੇ ਦਾ ਜ਼ੋਰ ਨਹੀਂ ਚੱਲਿਆ ਹੁੰਦੇ ਤੇ ਤੇ ਇਹ ਉਹਨਾਂ ਦੀ ਕਹਿੰਦੇ ਨੰਧਿਆ ਕਰਨਾ ਮਤਲਬ ਕ੍ਰਿਟਿਕ ਮਤਲਬ ਕਿਸੇ ਦੀ ਤਨਕੀਦ ਕਰਨਾ ਕ੍ਰਿਟਿਸਿਜ਼ਮ ਕਰਨਾ ਤੇ ਉਸ ਤੋਂ ਬਾਅਦ ਆਪਾਂ ਅਗਲੀ ਹੈਡਿੰਗ ਦਵਾਂਗੇ ਸ਼ਾਇਰੀ ਵਿੱਚ ਲੋਕ ਦਾਸਤਾਨਾਂ ਦਾ ਰੰਗ ਆਪਾਂ ਤੁਹਾਨੂੰ ਮੈਂ ਦੱਸਿਆ ਸੀ ਸਿਲੇਬਸ ਦੇ ਵਲੇ ਕਿ ਆਪਾਂ ਦੋ ਲੋਕ ਦੋ ਪੜਾਂਗੇ ਲੋਕ ਦਾਸਤਾਨਾਂ ਪਹਿਲੀ ਪੜਾਂਗੇ ਅਸੀਂ ਹੀਰ ਤੇ ਦੂਜੀ ਪੜਾਂਗੇ ਸੈਫਲ ਮਲੂਕ ਤੇ ਸ਼ਾਹਸਹਣਾ ਨੇ ਵੀ ਕਹਿੰਦੇ ਨੇ ਲੋਕ ਦਾਸਤਾਨਾਂ ਦਾ ਰੰਗ ਆਪਣੀ ਸ਼ਾਇਰੀ ਚ ਕੱਢਿਆ ਹੋਵੇ ਕਿ ਜਾਂ ਮੈਂ ਤੁਹਾਨੂੰ ਬੋਲ ਕੇ ਦੱਸਦਾ ਵਾਂ ਨੀ ਮਾਏ ਖੇੜੀਆਂ ਦੀ ਗੱਲ ਨਾ ਆਖ ਰਾਂਜਨ ਮੇਰਾ ਮੈਂ ਰਾਂਜਨ ਦੀ ਖੇੜੀਆਂ ਨੂੰ ਕੋਡੀ ਜਾਖ ਲੋਕ ਜਾਣੇ ਹੀਰ ਕਮਲੀ ਹੀਰੇ ਦਾ ਵਰ ਚਾਗ ਕਹੇ ਹੁਸੈਨ ਫਕੀਰ ਸਾਈਂ ਦਾ ਜਾਂਦਾ ਰਹਿ ਆਪ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਇੱਕ ਇਸ਼ਕੇ ਹਕੀਕੀ ਤੇ ਇਸ਼ਕੇ ਮਜਾਜ਼ੀ ਦਾ ਫਰਕ ਕਰਕੇ ਦੱਸਾਂਗਾ ਪਹਿਲੇ ਇਸ਼ਕੇ ਮਜਾਜ਼ੀ ਨੂੰ ਦੱਸਣਾ ਵਾ ਫਿਰ ਇਸ ਕੀ ਕੀ ਨੂੰ ਦਸਾਂਗਾ ਐਂਦੇ ਚ ਹੀਰ ਕਹਿੰਦੀ ਏ ਮਾਂ ਤੂੰ ਖੇੜਿਆਂ ਦੀ ਗੱਲ ਨਾ ਆਖ ਖੇੜੇ ਆਏ ਸੀ ਜਿੰਨਾ ਜਿੰਨਾ ਹੀਰ ਦਾ ਵਿਆਹ ਹੋਣਾ ਸੀ ਉਹ ਕਹਿੰਦੀ ਏ ਕਿ ਰਾਜਨ ਮੇਰਾ ਮੈਂ ਰਾਜਨ ਦੀ ਖੇੜਿਆਂ ਨੂੰ ਕੋਡੀ ਜਾਗ ਮਤਲਬ ਖੇੜਿਆਂ ਤੇ ਮਿੱਟੀ ਪਾ ਦੇ ਤੂੰ ਖੇੜਿਆਂ ਦੀ ਗੱਲ ਹੀ ਨਾ ਆਖ ਸੁਮੇਨੋ ਲੋਕ ਜਾਣਦੇ ਨੇ ਕਿ ਹੀਰ ਕਮਲੀ ਏ ਹੀਰੇ ਦਾ ਵਰ ਚਾਗ ਚਾਗ ਮਤਲਬ ਕਿ 부ਝਦੀ ਲੇਗਾ ਵੇ ਤੇ ਕਹੇ ਹੁਸੈਨ ਫਕੀਰ ਸਾਈਂ ਦਾ ਜਾਣਦਾ ਰਹਿ ਆਪ ਐ ਤੰਦਾ ਇਸ਼ਕ ਦੀ ਹਕੀਕੀ ਸੋਰੀ ਇਸਕੇ ਮਜਾਜ਼ੀਦਾ ਪਹਿਲੂ ਹੈਗਾ ਸੀ ਤੇ ਅਗਰ ਮੈਂ ਇਸ਼ਕ ਹਕੀਕੀ ਦੇ ਪਹਿਲੂ ਦੀ ਗੱਲ ਕਰਾਂ ਤੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਹੋਏਗਾ ਕਿ ਸ਼ਾਹ ਹੁਸੈਨ ਅੰਗਰ ਨੇ ਇੱਥੇ ਹੀਰ ਤੋਂ ਮਰਾਦ ਆਪਣੇ ਆਪ ਤੋਂ ਰਾਂਜਾ ਅੱਲਾ ਦੀ ਜ਼ਾਤ ਨੂੰ ਤੇ ਖੀੜਾ ਸ਼ਦਾਨ ਨੂੰ ਆਖਿਆ ਵੇ ਠੀਕ ਹੈ ਤੇ ਤੁਸੀਂ ਇਸ ਤਰ੍ਹਾਂ ਦੋ ਤਿੰਨ ਲਾਈਨਾਂ ਦੇ ਬਾਰੇ ਵਿੱਚ ਲਿਖ ਦਿਓਗੇ ਨਾ ਤੁਹਾਡਾ ਬੜਾ ਵਧੀਆ ਤੇ ਬੜਾ ਸੋਹਣਾ ਕੰਮ ਹੋ ਜਾਏਗਾ ਤੇ ਆਪਾਂ ਇਸ ਤੋਂ ਥੋੜਾ ਅੱਗੇ ਕਾਣਨੇ ਆ ਇਸ ਤੋਂ ਬਾਅਦ ਆਪਣਾ ਕਾਫੀਆਂ ਸ਼ਾਹ ਹੁਸੈਨ ਦਾ ਫਨੀ ਜਾਇਜ਼ਾ ਆਈਏਗਾ ਆਪਣਾ ਅੱਛਾ ਫਨੀ ਜਾਇਜ਼ਾ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਪੰਜਾਬੀ ਅਦਬ ਵਿੱਚ ਕਾਫੀਆਂ ਦੇ ਬਾਨੀ ਹੈਡਿੰਗ ਦਵਾਂਗੇ ਜਿੰਦਰ ਮੈਂ ਸਟਾਰਟ ਤੇ ਦੱਸਿਆ ਸੀ ਕਿ ਸ਼ਾਹ ਹੁਸੈਨ ਨੇ ਕਾਫੀਆਂ ਦੇ ਬਾਨੀ ਨੇ ਇਸ ਤੋਂ ਪਹਿਲੇ ਜਿਹੜੇ ਕਾਫੀਆਂ ਸੀ ਨਾ ਉਹ ਹਿੰਦੀ ਜ਼ੁਬਾਨੇ ਚ ਲਿਖੀਆਂ ਜਾਂਦੀਆਂ ਸੀ ਤੇ ਉਸ ਵਾਰ ਆਪਾਂ ਅਗਲੀ ਹੈਡਿੰਗ ਦਵਾਂਗੇ ਤਸ਼ਬਿਹਾਂ ਤੇ ਇਸਤਿਹਾਰਿਆਂ ਦਾ ਵਰਤਾਓ ਇੰਦੇ ਚ ਆਪਾਂ ਸਿੰਪਲ ਜਿਹਾ ਅਗਰ ਲਿਖਾਂਗੇ ਕਿ ਸ਼ਾਹ ਹੁਸੈਨ ਨੇ ਵੀ ਦੂਜੇ ਸੂਫੀ ਸ਼ਾਇਰਾਂ ਦੀ ਤਰ੍ਹਾਂ ਆਪਣੀ ਮਾਂ ਬੋਲੀ ਪੰਜਾਬੀ ਜ਼ਬਾਨ ਵਿੱਚ ਤਸ਼ਬਿਹਾਂ ਤੇ ਇਸਤਿਹਾਰਿਆਂ ਦਾ ਵਰਤਾਓ ਵਰਤੇ ਆਏ ਤੇ ਉਹਨਾਂ ਨੇ ਹੀਰ ਤੇ ਰਾਂਝਾ ਦੀਆਂ ਤਸ਼ਬਿਹਾਂ ਤੇ ਇਸਤਿਹਾਰਿਆਂ ਤੇ ਇਸਤਿਹਾਰੇ ਵਰਤੇ ਨੇ ਨਾਲ ਆਪਾਂ ਕੁਝ ਸ਼ੇਰ ਵੀ ਲਿਖ ਦਵਾਂਗੇ ਹਵਾਲੇ ਵਾਸਤੇ ਅਗਰ ਲਿਖ ਦੋਗੇ ਤੇ ਮੈਨੂੰ ਕਹਿੰਨਾ ਬੜਾ ਵਧੀਆ ਹੋ ਜਾਏਗਾ ਤੁਹਾਡੇ ਵਾਸਤੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾ ਸ਼ੇਰ ਲਿਖਵਾਣਾ ਉਹ ਐਵੇਂ ਕਿ ਨਦੀਓਂ ਪਾਰ ਰਾਜਨ ਦਾ ਥਾਨਾ ਨਦੀਓਂ ਪਾਰ ਰਾਜਨ ਦਾ ਥਾਨਾ ਕੀਤਾ ਕੋਲ ਜ਼ਰੂਰੀ ਜਾਣਾ ਮਿੰਤਾ ਕਰਾ ਮਨਾ ਮਲਾ ਦੇ ਨਾਲ ਮਲਾ ਕਹਿੰਦਾ ਜਿਹੜਾ ਕਸ਼ਤੀ ਚਲਾਣ ਵਾਲਾ ਹੁੰਦਾ ਤੇ ਥਾਨਾ ਕਹਿੰਦੇ ਨੇ ਕਿਸੇ ਮੁਕਾਮ ਜਿੱਥੇ ਉਹ ਰਹਿੰਦਾ ਸੀ ਰਾਂਜਾ ਕੀਤਾ ਕੋਲ ਜ਼ਰੂਰੀ ਜਾਣਾ ਮਤਲਬ ਕਿ ਉਹਨੇ ਨਾ ਵਾਦਾ ਕੀਤਾ ਮੈਂ ਜ਼ਰੂਰੀ ਜਾਣਾ ਮਤਲਬ ਕਿ ਬੜੀ ਪਬੰਦੀ ਨਾਲ ਉਹਨੇ ਇਹ ਗੱਲ ਆਖੀਏ ਤੇ ਉਹ ਇਸ ਕੰਮ ਦੇ ਵਾਸਤੇ ਮਲਾਹ ਦੀ ਅਮੰਤਾ ਵੀ ਕਰਦਾ ਪਿਆ ਕਿ ਮੈਨੂੰ ਤੂੰ ਨਾਲ ਲੈ ਆ ਮੈਨੂੰ ਦਰਿਆ ਪਾਰ ਕਰਵਾ ਦੇ ਰਾਵੀ ਦਾ ਤੇ ਤੁਸੀਂ ਇੱਕ ਹੋਰ ਵੀ ਚੀਜ਼ ਲਿਖ ਸਕਦੇ ਹੋ ਮੱਛੀ ਵਾਂਗੂ ਮੈਂ ਤੜਪਾਂ ਰਾਜਨ ਦੇ ਹੱਥ ਡੋਰ ਤਸ਼ਬਿਹਾਂ ਤੇ ਇਸਤਿਆਰਾਂ ਦੇ ਵਿੱਚ ਤੁਸੀਂ ਦੋਵਾਂ ਵਿੱਚੋਂ ਦੋਵੇਂ ਲਿਖ ਦਿਓ ਜਾਂ ਇੱਕ ਲਿਖ ਦਿਓ ਤੁਹਾਡੀ ਆਪਣੀ ਮਰਜ਼ੀ ਹੋਵੇ ሙਸੀਕੀਅਤ ਦਾ ਪਹਿਲੋ ਮੂਸੀਕੀਅਤ ਦੇ ਪਹਿਲੂ ਵਿੱਚ ਅਸੀਂ ਗੱਲ ਕਰਾਂਗੇ ਕਿ ਸ਼ਾਹ ਹੁਸੈਨ ਦੀ ਸ਼ਾਇਰੀ ਵਿੱਚ ਮੂਸੀਕੀਅਤ ਦਾ ਅੰਸਰ ਵੀ ਲੱਭਦਾ ਹੈ ਤੇ ਬੜੀ ਵੱਡੀ ਤਦਾਦ ਹੈਗੀ ਫਨਕਾਰਾਂ ਦੀ ਜਿਨ੍ਹਾਂ ਨੇ ਉਹਨਾਂ ਦੇ ਕਲਾਮ ਨੂੰ ਵੱਡੇ ਸ਼ੌਕ ਨਾਲ ਪੜਿਆ ਹੋਵੇ ਹੁਣ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਮੈਂ ਇੱਥੇ ਲਿਖਿਆ ਵੱਡੇ ਸ਼ੌਕ ਦੇ ਨਾਲ ਮੈਂ ਬੜੇ ਸ਼ੌਕ ਦੇ ਨਾਲ ਨਹੀਂ ਮੈਂ ਲਿਖਿਆ ਵੇ ਵੱਡੇ ਸ਼ੌਕ ਦੇ ਨਾਲ ਮੈਂ ਇਹ ਗੱਲ ਆਖੀ ਵੱਡੇ ਨਾ ਕਿ ਮੈਂ ਇਹ ਕਿਹਾ ਬੜੇ ਠੀਕ ਹੈ ਤੁਸੀਂ ਇਹ ਲਿਖ ਸਕਦੇ ਹੋ ਇਹ ਗਲਤ ਨਹੀਂ ਹੋਏਗਾ ਲੇਕਿਨ ਤੁਸੀਂ ਪੰਜਾਬੀ ਨੂੰ ਥੋੜਾ ਯਾ ਲਿਖੋਗੇ ਨਾ ਲਫਾਜ਼ ਤੇ ਤੁਹਾਡਾ ਅੱਛਾ ਐਕਸਪ੍ਰੈਸ਼ਨ ਪਵੇਗਾ ਅੱਛਾ ਤੇ ਆਪਾਂ ਉਸ ਤੋਂ ਬਾਅਦ ਆ ਗਏ ਤਨੀਜ਼ ਦਾ ਸੀਗਾ ਐਪ ਭੁੱਲ ਕੇ ਸਾਂ ਇਹਦੇ ਚ ਲਿਖ ਸਕਦੇ ਹਾਂਗੇ ਆਪਾਂ ਕਿ ਪੰਜਾਬੀ ਲਿਟਰੇਚਰ ਵਿੱਚ ਨਾ ਅਸੀਂ ਥੋੜਾ ਉਲਟਾ ਕੰਮ ਕਾਢਨੇ ਆ ਪੰਜਾਬੀ ਲਿਟਰੇਚਰ ਵਿੱਚ ਅਸੀਂ ਔਰਤ ਨੂੰ ਕਹਿੰਦੇ ਨੇ ਆਸ਼ਿਕ ਤੇ ਮਰਦ ਨੂੰ ਮਸ਼ੂਕ ਕਹਿੰਦੇ ਆ ਲੇਕਿਨ ਉਰਦੂ ਲਿਟਰੇਚਰ ਚ ਕੀ ਹੁੰਦਾ ਹੈ ਮਰਦ ਆਸ਼ਿਕ ਹੁੰਦਾ ਵੇ ਤੇ ਔਰਤ ਕੀ ਹੁੰਦੀ ਹੈ ਮਸ਼ੂਕ ਹੁੰਦੀ ਹੈ ਇੰਦੀਆਂ ਕੁਝ ਵਜ੍ਹਾ ਹੈ ਯਾਨੀ ਅਸੀਂ ਇੰਜ ਕਿਉਂ ਕਰਨੇ ਆ ਕੋਈ ਵਜ੍ਹਾ ਹੈ ਕਿ ਇੱਕ ਔਰਤ ਅੱਲਾ ਦੀ ਰਹਿਮਤ ਹੈਗੀ ਏ ਤੇ ਸ਼ਾਹ ਹੁਸੈਨ ਨੇ ਵੀ ਇਸ ਚੀਜ਼ ਦਾ ਫਾਇਦਾ ਚੁੱਕਿਆ ਹੋਇਆ ਏ ਤੇ ਉਹਨਾਂ ਨੇ ਆਪਣੇ ਆਪ ਨੂੰ ਔਰਤ ਅਖਵਾਇਆ ਏ ਤੇ ਔਰਤ ਦੇ ਜਜ਼ਬਾਤ ਨੇ ਜਿਹੜੇ ਉਹਦੇ ਖਿਆਲਤ ਨੇ ਬੜੇ ਮਸੂਮ ਹੁੰਦੇ ਨੇ ਇਸ ਵਾਸਤੇ ਸ਼ਾਹ ਹੁਸੈਨ ਨੇ ਔਰਦਾ ਰੂਪ ਧਾਰਿਆ ਹੋਇਆ ਏ ਮਤ ਤਰੀਹੀ ਹੀ ਕਹਵਾਲੇ ਦੇ ਨਾਲ ਇਸ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਔਰਤ ਕਵਾਇਆ ਵੇ ਤੇ ਤੁਸੀਂ ਉਹਦੇ ਚ ਇੰਨਾ ਵੀ ਲਿਖ ਦਿੱਤਾ ਵਾਦੂਏ ਤੁਹਾਨੂੰ ਮੈਂ ਇੱਕ ਸ਼ੇਰ ਵੀ ਇੱਥੇ ਲਿਖਿਆ ਹੋਇਆ ਵੇ ਉਹ ਸ਼ੇਰ ਜੋ ਕੁਝ ਇਸ ਤਰ੍ਹਾਂ ਵੇ ਸਾਜਨ ਮੇਰੀ ਅੱਖੀਆਂ ਵਿੱਚ ਵਸਦਾ ਗਲੀਆਂ ਫਿਰਾ ਤਸ਼ੰਗੀ ਹਾਂ ਸਾਜਨ ਮੇਰੀ ਅੱਖੀਆਂ ਵਿੱਚ ਵਸਦਾ ਗਲੀਆਂ ਫਿਰਾ ਤਸ਼ੰਗੀ ਹਾਂ ਕਹੇ ਹੁਸੈਨ ਫਕੀਰ ਨਹੀਂ ਮਾਨਾ ਮੈਂ ਵਰ ਚੰਗੇ ਨਾਲ ਮੰਗੀਆਂ ਮੈਂ ਤੁਹਾਨੂੰ ਇਹ ਥੋੜਾ ਮਫਹੂਮ ਦੱਸ ਦੇਣਾ ਕਿ ਸਾਜਨ ਮੇਰੀ ਅੱਖੀਆਂ ਵਿੱਚ ਵਸਦਾ ਉਹ ਕਹਿੰਦਾ ਕਿ ਸਾਜਨ ਮੇਰੀ ਅੱਖੀਆਂ ਚ ਰਹਿੰਦਾ ਹੈ ਗਲੀਆਂ ਫਿਰਾਂ ਤਸ਼ੰਗੀ ਹਾਂ ਕਹਿੰਦਾ ਮੈਂ ਬੜੇ ਸ਼ੋਗ ਨਾਲ ਫਿਰ ਗਲੀਆਂ ਫਿਰਾਂਗੀ ਮਤਲਬ ਕਿ ਇੰਨੀ ਖੁਸ਼ੀ ਹੈ ਉਹਨੂੰ ਅਗਰ ਉਹਦੀ ਅੱਖਾਂ ਚ ਜਦ ਵਸਦਾ ਹੈ ਸਾਜਨ ਕਹੇ ਹੁਸੈਨ ਫਕੀਰ ਨਹੀਂ ਮਾਨਾ ਉਹ ਕਹਿੰਦਾ ਹੈ ਛਾ ਹੁਸੈਨ ਮੈਂ ਐਸਾ ਫਕੀਰ ਆਜਿਜ਼ ਬੰਦਾ ਵਾਂ ਵਰ ਚੰਗੇ ਨਾਲ ਮੰਗੀਆਂ ਵਰ ਕਹਿੰਦੇ ਨੇ ਨਾ ਕਿ ਧੂਲੇ ਨੂੰ ਕਹਿੰਦੇ ਨੇ ਥੋ ਕਹਿੰਦਾ ਕਿ ਮੈਂ ਕਿਸੇ ਐਸੇ ਧੂਲੇ ਦੇ ਨਾਲ ਮੰਗੀ ਆ ਤੇ ਉੱਥੇ ਵਾਰਤੁਮਰਾਦ ਅੱਲਾ ਮੀਆਂ ਨੂੰ ਲੈ ਰਿਹਾ ਹੋ। ਤੇ ਆਪਾਂ ਇਸ ਤੋਂ ਬਾਅਦ ਅਖੀਰਲਾ ਸਿੱਟੇ ਦੀ ਗੱਲ ਕਰਾਂਗੇ ਤੇ ਅਖੀਰਲੇ ਸਿੱਟੇ 'ਚ ਅਸੀਂ ਸ਼ਾਹ ਹੁਸੈਨ ਦੇ ਬਾਰੇ 'ਚ ਜਿਹੜਾ ਸਭ ਕੁਝ ਅਸੀਂ ਲਿਖਿਆ ਹੈ ਨਾ ਉਹਨੂੰ ਕਹਿੰਦੇ ਨੇ ਸਮਾਪਤ ਕਰਾਂਗੇ ਠੀਕ ਹੈ ਤੇ ਆਪਾਂ ਲਿਖਾਂਗੇ ਦੇ ਵਿੱਚ ਕਿ ਸ਼ਾਹ ਹੁਸੈਨ ਦੀ ਜ਼ੁਬਾਨ ਤੋਂ ਇੱਕ ਇੱਕੜਾ ਹਰਫ ਨਿਕਲੇ ਹੈ ਨਾ ਉਹ ਮਾਰਫਤ ਵਿੱਚ ਰੰਗਿਆ ਆਇਆ ਵੇ। ਮਾਰਫਤ ਤੁਹਾਨੂੰ ਮੈਂ ਲਿਖ ਕੇ ਦਿਖਾ ਦੇਣਾ ਵਾ। ਮਾਰਫਤ ਵਿੱਚ ਰੰਗਿਆ ਠੀਕ ਹੈ ਉਹਨਾਂ ਦੀ ਸ਼ਾਇਰੀ ਵਿੱਚ اخਲਾਕیات ਰੂਹਾਨੀਅਤ ਤੇ ਰੱਬ ਤੇ ਇਨਸਾਨ ਦੇ تعلق ਨੂੰ ਖੁੱਲ ਕੇ ਦੱਸਿਆ ਗਿਆ ਹੈ ਤੇ ਡਾਕਟਰ ਗੁਫਰਾਨ ਸૈયਦ ਦਾ ਹਵਾਲਾ ਦਵਾਂਗੇ ਆਪਾਂ ਉਹ ਕਹਿੰਦੇ ਨੇ ਕਿ ਸ਼ਾਹ ਹੁਸੈਨ ਦਾ ਕਲਾਮ ਪੜਨ ਵਾਲਿਆਂ ਉਤੇ ਇੱਕ ਸੋਜ਼ੋ ਗਦਾਸ ਤਾਰੀ ਹੋ ਜਾਂਦਾ ਵੇ ਤੇ ਆਪਾਂ ਇੱਕ ਹੋਰ ਵੀ ਹਵਾਲਾ ਦੇ ਸਕਨੇ ਆ ਉਹਦੇ ਚ ਕਿ ਉਹ ਹੱਲ ਹੈਗਾ ਡਾਕਟਰ ਲਜੋਤਨੀ ਰਾਮਾਕ੍ਰਿਸ਼ਨਾ ਦਾ ਜਿੰਦੇ ਚ ਉਹ ਆਖਦੇ ਨੇ ਹੁਸੈਨਸ ਓਨਲੀ ਵਰਕ ਇਜ਼ ਅ ਨੰਬਰ ਆਫ ਕਾਫੀਜ਼ ਆਫ ਅ ਹਾਈ ਮਿਸਟਿਕ ਟਾਈਪ ਤੁਸੀਂ ਦੋਵੇਂ ਲਿਖ ਦੋ ਤੇ ਰੈਫਰੈਂਸ ਤੁਸੀਂ ਜਿੰਨੇ ਵੀ ਹੋ ਸਕਣੇ ਤੁਸੀਂ ਹੋਰ ਦੋ ਮੈਂ ਤੁਹਾਨੂੰ ਟੋਟਲ ਦੱਸ ਦਿੱਤਾ ਵੇ ਅੱਛਾ ਮੈਂ ਤੁਹਾਨੂੰ ਸਭ ਕੁਝ ਦੱਸ ਦਿੱਤਾ ਵੇ ਤਾਂ ਹੁਣ ਤੁਸੀਂ ਇਹ ਕੰਮ ਆ ਕਰਨਾ ਵੇ ਕਿ ਜਿੰਨਾ ਮੈਂ ਤੁਹਾਨੂੰ ਲਿਖਵਾਇਆ ਹੈ ਨਾ ਤੁਸੀਂ ਸਿਰਫ ਇੰਨਾ ਹੀ ਨਹੀਂ ਕਰਨਾ ਤੁਸੀਂ ਜੋ ਕਿਤਾਬਾਂ ਪੜੋਗੇ ਨਾ ਜਿਸ ਦਾ ਪੰਜਾਬੀ ਅਦਬੀ ਪੰਡੇ ਪੜ ਲਓ ਜਾਂ ਅਗਵਾਈ ਪੜ ਲਓ ਤੁਹਾਨੂੰ ਜੋ ਵੀ ਚੀਜ਼ ਉਹ ਬੜੀ ਚੰਗੀ ਲੱਗੇ ਤਾਂ ਤੁਸੀਂ ਉਹਨੂੰ ਵੀ ਐਡ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਰੈਫਰੈਂਸ ਜਿੰਨੇ ਹੋ ਸਕਣ ਐਡ ਕਰੋ ਇਸਲਾਮਿਆਤ ਦੇ ਕੁਰਾਨ ਮਤਲਬ ਕਿ ਇਸਲਾਮਿਆਤ ਦੇ ਰੈਫਰੈਂਸ ਐਡ ਕਰੋ ਮਤਲਬ ਆਇਤਾਂ ਹਦੀਸਾਂ ਤੁਹਾਨੂੰ ਵੀ ਕੋਈ ਆਂਦੀ ਤੁਸੀਂ ਉਹ ਐਡ ਕਰੋ ਲਾਜ਼ਮੀ ਤੌਰ ਤੇ ਜਿੱਥੇ ਤੁਹਾਨੂੰ ਚੰਗਾ ਲੱਗਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਕਹਿੰਦੇ ਨੇ ਕਿਸੇ ਦੇ ਹਵਾਲੇ ਨੇ ਜਿਸਨੂੰ ਡਾਕਟਰ ਕੋ ਫਰਾਂਸ ਸਈਅਨ ਨੇ ਕੀ ਆਖਿਆ ਸ਼ਾਹ ਹੁਸੈਨ ਦੇ ਬਾਰੇ ਵਿੱਚ ਡਾਕਟਰ ਲਜੋਤਨੀ ਰਾਮਾ ਕ੍ਰਿਸ਼ਨਾ ਨੇ ਕੀ ਆਖਿਆ ਵੇ ਇਸ ਤਰ੍ਹਾਂ ਦੇ ਹਵਾਲੇ ਐਡ ਕਰੋਗੇ ਇਹਨਾਂ ਤੇ ਬੜਾ ਅੱਛਾ ਇਮਪ੍ਰੈਸ਼ਨ ਪਵੇਗਾ ਤੇ ਉਮੀਦ ਹੈ ਨਾ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਏਗਾ ਤਾਂ ਤੁਸੀਂ ਇਹਨੂੰ ਪਸੰਦ ਕਰੋਗੇ ਤਾਂ ਤੁਸੀਂ ਇਹਨੂੰ ਲਾਈਕ ਵੀ ਕਰੋਗੇ ਤਾਂ ਕਮੈਂਟ ਵੀ ਕਰੋਗੇ ਤੇ ਇਨਸ਼ਾਅੱਲਾ ਆਪਾਂ ਅਗਲੇ ਲੈਕਚਰ ਵਿੱਚ ਮਿਲਾਂਗੇ ਜਿੰਦੇ ਸੁਲਤਾਨ ਬਾਹੂਏ ਤੁਸੀਂ ਵੇਖ ਤੇ ਲਿਤਾ ਹੋਏਗਾ ਲੇਕਿਨ ਇਹਦੇ ਇਸ ਵੀ ਥੋੜਾ ਐਕਸਪਲੇਨੇਸ਼ਨ ਤੁਹਾਨੂੰ ਸਮਝਾਵਾਂਗੇ ਤਫਸੀਲ ਦੇ ਨਾਲ ਤੇ ਕੱਲ ਤੱਕ ਅੱਲਾ ਹਾਫਿਜ਼ ਰੱਬ ਰੱਖਾ